ਸਾਡੇ ਸਿੱਧਾ ਡਾਇਰੈਕਟ ਮੇਨ ਗੇਟ ਖੁੱਲ੍ਹਾ ਸੀ, ਅੰਦਰ ਆ ਕੇ ਉਹਨਾਂ ਨੇ ਸਾਡਾ ਕਮਰੇ ਦਾ ਗੇਟ ਖੜਕਾਇਆ, ਸਿੱਧਾ ਅੰਦਰ ਵੀ ਵੜ ਗਈ। ਕਹਿੰਦੇ ਆਏ ਹਾਂ ਜੋ, ਉਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਕੀਤਾ, ਛੋਟੇ ਛੋਟੇ ਮੇਰੇ ਬੱਚੇ ਅੰਕਲ, ਕੋਈ ਗਿਣਾ ਹੀ ਨਹੀਂ ਕੀਤਾ ਜਦੋਂ ਸਾਡੇ 'ਚ ਕੋਈ ਮੇਰੇ ਘਰਦਿਆਂ ਬਾਰੇ। ਅੱਜ ਦੇਸ਼ ਭਰ ਦੇ ਵਿੱਚ NIE ਦੀ ਰੇਡ ਹੋਈ ਹੈ, ਪੰਜਾਬ ਦੇ ਵਿੱਚ ਵੀ NIE ਦੀ ਟੀਮਾਂ ਨੇ ਦਸਤਕ ਦਿੱਤੀ ਹੈ। ਹਾਲਾਂਕਿ ਇਸ ਕਾਰਵਾਈ ਨੂੰ ਪੂਰੇ ਤਰੀਕੇ ਦੇ ਨਾਲ ਸੀਕ੍ਰੇਟ ਰੱਖਿਆ ਗਿਆ ਹੈ। ਪੰਜਾਬ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ NIE ਦੀਆਂ ਟੀਮਾਂ ਪਹੁੰਚੀਆਂ ਸਨ। ਮੋਗਾ ਦੇ ਵਿੱਚ ਵੀ 2 ਘਰਾਂ ਦੇ ਵਿੱਚ ਛਾਪੇਮਾਰੀ ਹੋਈ ਹੈ। ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਬਰਾਮਦਗੀ ਨਹੀਂ ਹੋਈ, ਲੇਕਿਨ ਜਿਨ੍ਹਾਂ ਘਰਾਂ ਦੇ ਵਿੱਚ ਛਾਪੇਮਾਰੀ ਹੋਈ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲਾਂਕਿ ਪੰਜਾਬ ਹੀ ਨਹੀਂ, ਦੇਸ਼ ਦੀ ਵੱਖ ਵੱਖ ਸਟੇਟਸ ਦੇ ਵਿੱਚ NIE ਐਕਟਿਵ ਨਜ਼ਰ ਆਈ ਤੇ ਰੇਡਸ ਕੀਤੀਆਂ ਗਈਆਂ ਨੇ ਕਿ ਕੁਝ ਬਰਾਮਦਗੀ ਹੋਈ ਹੈ। ਇਸ ਨੂੰ ਲੈ ਕੇ ਹਾਲੇ NIE ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਜ਼ਰੂਰ ਹੋ ਸਕਦਾ ਹੈ। 12 ਮਾਰਚ ਨੂੰ ਦੇਸ਼ ਭਰ ਦੇ ਵਿੱਚ NIE ਦੀਆਂ ਟੀਮਾਂ ਨੇ ਵੱਖ ਵੱਖ ਥਾਵਾਂ ਤੇ ਰੇਡ ਕੀਤੀ ਹੈ। ਪੰਜਾਬ ਦੇ ਵਿੱਚ ਵੀ ਦਬਿਸ਼ ਦਿੱਤੀ ਗਈ ਤੇ ਮੋਗਾ ਜ਼ਿਲ੍ਹੇ ਦੇ 2 ਵੱਖ ਵੱਖ ਘਰਾਂ ਦੇ ਵਿੱਚ NIE ਦੀਆਂ ਟੀਮਾਂ ਪਹੁੰਚੀਆਂ ਸਨ, ਛਾਪੇਮਾਰੀ ਕੀਤੀ ਗਈ। ਹਾਲਾਂਕਿ ਕੋਈ ਬਰਾਮਦਗੀ ਨਹੀਂ ਹੋਈ ਹੈ, ਇਸ ਕਾਰਵਾਈ ਨੂੰ ਗੁਪਤ ਰੱਖਿਆ ਗਿਆ ਸੀ। ਪਰਿਵਾਰਕ ਮੈਂਬਰਾਂ ਤੋਂ ਪੁੱਛ ਪੜਤਾਲ ਹੋਈ ਹੈ। ਪਰਿਵਾਰਾਂ ਦੇ ਇਲਜ਼ਾਮ ਨੇ ਕਿ ਉਹਨਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਅੱਜ ਤੁਹਾਡੇ ਘਰੇ NIE ਦੀ ਰੇਡ ਹੋਈ ਸੀਗੀ, ਕੀ ਚੱਕਰ ਸੀਗਾ, ਕੀ ਕਾਰਨ ਸੀ? ਵੀਰੇ ਮੇਰਾ ਪੁਰਾਣਾ ਸਿਮ ਸੀ ਜੀ, ਫੋਨ ਡੈਕ ਗਿਆ ਜੀ, ਐਂ ਕਰਕੇ ਮੈਨੂੰ ਤਾਂ ਪਤਾ ਨਹੀਂ, ਉਬਰੇ ਪੁੱਛ ਦੱਸ ਕਰਕੇ ਮੁੜ ਗਈ। ਕੀ ਕਹਿੰਦੇ ਤੈਨੂੰ ਵੀ, ਕੀ ਕੀ ਪੁੱਛਿਆ ਕੀ ਤੇਥੋਂ ਉਹਨਾਂ ਨੇ? ਮੈਨੂੰ ਜੀ ਅਸੀਂ ਪੁੱਛਿਆ ਜੀ, ਕਹਿੰਦੇ ਸਿਮ ਆਏ, ਉਹ ਮੈਨੂੰ ਕਿਹਾ ਨਹੀਂ ਕੀਤਾ ਨਹੀਂ। ਤੇ ਕੁਛ ਘਰੋਂ ਤੇਰਾ ਲੈ ਕੇ ਤੇ ਨਹੀਂ ਗਏ ਕੋਈ ਫੋਨ ਵਗੈਰਾ ਜਾਂ ਕੁਛ ਹੋਰ, ਆਧਾਰ ਕਾਰਡ ਲੈ ਕੇ ਗਏ ਜੀ? ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲ ਉੱਥੇ ਆਈ ਜਾਂ ਕੁਛ ਵੀ? ਨਹੀਂ ਨਹੀਂ ਜੀ, ਮੈਨੂੰ ਤਾਂ ਕਹਿੰਦੇ ਕੌਣ ਨਹੀਂ ਜੀ, ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਗਏ ਹੁਣ ਜਾਂ ਕੁਛ ਹੋਰ? ਨਹੀਂ ਜੀ, ਕਿਸੇ ਦਾ ਫੋਨ ਦਾ ਰੈਕ ਦਾ ਫੜਾ ਗਿਆ ਜੀ, ਨੰਬਰ ਭਲਾ ਲੈ ਗਿਆ। ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ ਸਿਮ ਕਿੱਥੇ ਚੱਲਦਾ ਉਹਦੇ ਬਾਰੇ ਦੱਸ, ਉਹਦੇ ਬਾਰੇ ਪੁੱਛਿਆ ਕਿਛ, ਹੋਰ ਤੈਨੂੰ ਕੁਛ ਕਿਹਾ ਕੁਛ? ਕੋਕਿਆਂ ਨੂੰ ਕੁੱਟਿਆ ਮਾਰਿਆ ਨੇ ਜੀ। ਤੰਗ ਪਰੇਸ਼ਾਨ ਕੀਤਾ, ਛੋਟੇ ਛੋਟੇ ਮੇਰੇ ਬੱਚੇ ਅੰਕਲ, ਤੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਤਾਂ, ਮੈਂ ਕਿਹਾ ਸਾਨੂੰ ਕੋਈ ਪਤਾ ਨੀ ਇਹਨਾਂ ਨੇ ਕੀ ਗੁਨਾਹ ਕੀਤਾ ਵਾ, ਵੀ ਕੋਈ ਗੁਨਾਹ ਹੀ ਨਹੀਂ ਕੀਤਾ ਜਦੋਂ ਸਾਡੇ ਚ ਕੋਈ ਮੇਰੇ ਘਰਦਿਆਂ ਬਾਰੇ। ਕੀ ਨਾਮ ਕੀ ਉਹਨਾਂ ਦਾ? ਰਾਮ ਸਿੰਘ ਵੀਰੇ। ਕੋਈ ਉਹਨੇ ਨਹੀਂ ਕੀਤਾ, 2 ਸਾਲ ਪਹਿਲਾਂ ਜੇਲ੍ਹ 'ਚ ਰਹਿ ਕੇ ਆਇਆ, ਐਂਟੀ ਪਰਚਾ ਸੀਗਾ, ਕੋਈ ਐਵੇਂ ਦੀ ਕੋਈ ਉਹਨੇ ਕੀਤੀ ਨਹੀਂ ਹੈਗੀ। ਅਸੀਂ ਮਸਾਂ ਬੇਲ 'ਤੇ ਚੜਾਇਆ, ਡੈਡੀ ਸਾਡਾ ਸਿਰ 'ਤੇ ਨਹੀਂ, ਮੰਮੀ ਆ ਉਹ ਕਰਦੀ ਕੰਮ ਧੰਦਾ, ਫਿਰ ਅਸੀਂ ਚੜਾਇਆ ਉਹਨੂੰ, ਹੁਣ ਫਿਰ ਸਾਨੂੰ ਪੁਲਿਸ ਨੇ ਜਿਹਾ ਤੰਗ ਧੰਦਾ ਤੰਗ ਪਰੇਸ਼ਾਨ ਕਰਦੀ ਹੈ ਤਾਂ ਸਾਨੂੰ ਨਿਆਂ ਦਿੱਤਾ ਜਾਵੇ ਮੇਰੇ ਬੱਚੇ 'ਚ। 20 ਜਾਣੇ ਸੀ, 2 ਗੱਡੀਆਂ ਸੀਗੀਆਂ ਘੱਟੋ ਘੱਟ। ਕੀ ਪੁੱਛਿਆ ਕੀ ਤੁਹਾਡੇ ਘਰ ਵਾਲੇ ਬਾਰੇ? ਬਸ ਆਹੀ ਪੁੱਛਿਆ, ਤਲਾਸ਼ੀ ਕੀਤੀ ਉਹਨਾਂ ਨੇ ਘਰ ਦੀ ਸਾਡੀ, ਕੁਛ ਵੀ ਸਾਡੇ ਚੀਜ਼ ਬਰਾਮਦ ਨਹੀਂ ਹੋਈ, ਕੁਛ ਵੀ ਨਹੀਂ ਨਿਕਲਿਆ। ਉਹਨਾਂ ਨੇ ਪੁੱਛਿਆ ਵੀ ਕਿੱਥੇ ਆ, ਅਸੀਂ ਕਿਹਾ ਸਾਨੂੰ ਨਹੀਂ ਪਤਾ ਕਿੱਥੇ ਆ, ਕੰਮ ਧੰਦਾ ਕਰਦਾ ਦਿਹਾੜੀ ਲਾਉਂਦਾ, ਵੀ ਅਸੀਂ ਰੋਟੀ ਵੀ ਨਹੀਂ ਖਾ ਸਕਦੇ 2 ਟਾਈਮ ਦੀ, ਤੇ ਉਹਨਾਂ ਨੇ ਸਾਨੂੰ ਆਹੀ ਪੁੱਛਿਆ। ਬਸ ਪਹੁੰਚ ਗਏ ਇਸ ਕਰਕੇ, ਕੁਛ ਵੀ ਬਰਾਮਦ ਨਹੀਂ ਹੋਇਆ, ਕੁਛ ਹੋਏ ਕੁਛ ਨਹੀਂ ਲੈ ਕੇ ਗਏ, ਆਧਾਰ ਕਾਰਡ ਦੀਆਂ ਫੋਟੋਆਂ ਖਿੱਚ ਕੇ ਲੈ ਕੇ ਗਏ ਆ ਬਸ। ਦੱਸਿਆ ਉਹਨਾਂ ਨੇ ਕੋਈ ਕੋਈ ਫੋਨ ਦਾ ਲਿੰਕ ਹੈ ਜਾਂ ਕਾਹਦੇ ਨਾਲ ਲਿੰਕ ਹੈ? ਨਹੀਂ, ਉਹਨਾਂ ਨੇ ਵੀਰੇ ਕੋਈ ਗੱਲਬਾਤ ਨਹੀਂ ਸਾਨੂੰ ਦੱਸੀ, ਵੀ ਆਹ ਗੱਲ ਆ ਬਾਤ ਆ, ਕੋਈ ਭੇਤ ਹੀ ਨਹੀਂ ਦਿੱਤਾ। ਉਹਨਾਂ ਨੂੰ ਪੁੱਛਿਆ ਵੀ ਅਸੀਂ ਕਿੱਥੋਂ ਆਏ, ਉਹਨਾਂ ਨੇ ਕੁਛ ਨਹੀਂ ਦੱਸਿਆ। ਉਹ ਫਿਰ ਕਹਿਣ ਲੱਗ ਗਏ ਵੀ ਆਏ ਜੋ, ਮੈਂ ਕਿਹਾ ਵੀ ਸਾਨੂੰ ਨਹੀਂ ਪਤਾ ਵੀਰ ਜੀ ਕੋਈ ਗੱਲ ਦਾ, ਵੀ ਜੇ ਸਾਨੂੰ ਪਤਾ ਹੋਵੇ ਅਸੀਂ ਤੁਹਾਡੇ ਨਾਲ। ਦੱਸਿਆ ਕੁਛ ਕਿਹਦੇ ਨਾਲ ਲਿੰਕ ਹੈ, ਕਿਸੇ ਦੇ ਨਾਲ ਲਿੰਕ ਹੈ? ਨਹੀਂ ਕੁਛ ਨਹੀਂ, ਉਹ ਕਹਿੰਦੇ ਗੈਂਗਸਟਰਾਂ ਨਾਲ ਆ, ਗੈਂਗਸਟਰਾਂ ਨਾਲ ਕਿੱਥੇ ਪਿੰਡ ਦਾ ਮੋਤਵਰ, ਕਹਿੰਦਾ ਵੀ ਜੇ ਹੋਵੇ ਤਾਂ ਮੈਨੂੰ ਨਾ ਪਤਾ ਹੋਵੇ। ਇਸ ਕਰਕੇ ਅਸੀਂ ਸਰਪੰਚ ਨੂੰ ਸੱਦੇ, ਜਦੋਂ ਤਲਾਸ਼ੀ ਕੀਤੀ ਉਹਨਾਂ ਨੇ ਕੋਈ ਮੈਂਬਰ ਕੋਈ ਪੰਚਾਇਤ ਕੋਈ ਨਹੀਂ ਸੀਗਾ।
ਆਧਾਰ ਕਾਰਡ ਤੇ ਉਹਦੇ ਪੈਨ ਕਾਰਡ ਦੀਆਂ ਫੋਟੋ ਕਾਪੀਆਂ ਖਿੱਚ ਕੇ ਲੈ ਗਏ ਆ। ਕੋਈ ਸਾਈਨ ਵਗੈਰਾ ਵੀ ਕਰਾਏ ਤੁਸੀਂ? ਹਾਂਜੀ, ਦੋ ਵਾਰ ਉਹਨਾਂ ਨੇ ਸਾਈਨ ਕਰਵਾਏ ਆ ਮੇਰੇ ਤੋਂ। ਕਿਸ ਚੀਜ਼ ਤੇ ਸੀਗੇ ਸਾਈਨ? ਕਾਪੀ ਫੋਟੋ ਸਟੇਟ ਅਸੀਂ ਲਿਖਿਆ ਹੋਇਆ ਸੀ ਅੰਗਰੇਜ਼ੀ ਦੇ ਵਿੱਚ ਤੇ ਉੱਥੇ ਸਾਈਨ ਕਰਵਾਏ ਗਏ ਉਹਨਾਂ ਦੇ।